ਹਾਂਜੀ, ਕ੍ਰਿਸ਼ ਅਵਾਰਡ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਸਵਾਗਤ ਹੈ ਜੀ ਕ੍ਰਿਸ਼ ਅਵਾਰਡ ਚੈਨਲ 'ਤੇ। ਅੱਜ ਤੁਹਾਨੂੰ ਅਸੀਂ ਪੈਰਟ ਵਾਲਾ ਡਿਜ਼ਾਇਨ ਦੱਸਦੇ ਹਾਂ ਬਣਾਉਣਾ। ਸਭ ਤੋਂ ਪਹਿਲਾਂ ਅਸੀਂ ਪੱਤੀਆਂ ਬਣਾ ਰਹੇ ਹਾਂ ਸੈਪਗ੍ਰੀਨ ਅਤੇ ਲੈਮਨ ਕਲਰ ਨਾਲ। ਸੈਪਗ੍ਰੀਨ ਅਤੇ ਲੈਮਨ ਕਲਰ ਅਸੀਂ ਪੱਤੀ ਦੀ ਸ਼ੇਪ ਦੇ ਹਿਸਾਬ ਨਾਲ ਲਗਾ ਕੇ ਉਹਦੀ ਮਿਕਸਿੰਗ ਕਰ ਰਹੇ ਹਾਂ। ਇਸ ਤਰ੍ਹਾਂ ਸਾਰੀਆਂ ਪੱਤੀਆਂ ਅਸੀਂ ਸੈਪਗ੍ਰੀਨ ਅਤੇ ਲੈਮਨ ਕਲਰ ਨਾਲ ਬਣਾਵਾਂਗੇ। ਅਸੀਂ ਇਹ ਵਿੱਚ ਬ੍ਰੱਸ਼ ਜਿਹੜਾ ਇਸਤੇਮਾਲ ਕਰ ਰਹੇ ਹਾਂ ਉਹ ਫਲੈਟ ਬ੍ਰੱਸ਼ ਹੈ ਜੀ। ਤੁਸੀਂ 3 ਨੰਬਰ ਬ੍ਰੱਸ਼ ਵੀ ਯੂਜ ਕਰ ਸਕਦੇ ਹੋ, 4 ਵੀ ਜਾਂ 5, ਜਿਹੜਾ ਤੁਹਾਨੂੰ ਠੀਕ ਲੱਗਦਾ ਪੱਤੀਆਂ ਦੇ ਸਾਈਜ਼ ਦੇ ਹਿਸਾਬ ਨਾਲ ਉਹ ਬ੍ਰੱਸ਼ ਤੁਸੀਂ ਇਸਤੇਮਾਲ ਕਰ ਸਕਦੇ ਹੋ। ਇਸੇ ਤਰ੍ਹਾਂ ਅਸੀਂ ਸਾਰੀਆਂ ਪੱਤੀਆਂ ਨੂੰ ਲੈਮਨ ਕਲਰ ਅਤੇ ਸੈਪ ਗ੍ਰੀਨ ਕਲਰ ਨਾਲ ਮਿਕਸਿੰਗ ਕਰਾਂਗੇ ਉਹਨਾਂ ਦੀ। ਜੇ ਛੋਟੀਆਂ ਪੱਤੀਆਂ 'ਚ ਤੁਸੀਂ ਛੋਟਾ 1 ਨੰਬਰ ਜਾਂ 2 ਨੰਬਰ ਬ੍ਰੱਸ਼ ਇਸਤੇਮਾਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ 1 ਜਾਂ 2 ਨੰਬਰ ਨਾਲ ਛੋਟੀਆਂ ਪੱਤੀਆਂ ਬਣਾ ਸਕਦੇ ਹੋ। ਜੇਕਰ ਤੁਹਾਡੇ ਤੋਂ ਵੱਡੇ ਬ੍ਰੱਸ਼ ਨਾਲ ਨਹੀਂ ਬਣਦੀਆਂ ਪੱਤੀਆਂ ਤਾਂ ਤੁਸੀਂ ਛੋਟੇ ਬ੍ਰੱਸ਼ ਨਾਲ ਵੀ ਛੋਟੀਆਂ ਪੱਤੀਆਂ ਬਣਾ ਸਕਦੇ ਹੋ, ਯਾਨੀ ਕਿ 1 ਜਾਂ 2 ਨੰਬਰ ਨਾਲ। ਹੁਣ ਤੁਹਾਨੂੰ ਅਸੀਂ ਰੇਸ਼ੇ ਬਣਾਉਣੇ ਦੱਸਦੇ ਹਾਂ। ਜਿਹੜੀਆਂ ਪੱਤੀਆਂ ਡਾਰਕ ਨੇ ਉਹਨਾਂ ਦੇ ਵਿੱਚ ਲਾਈਟ ਕਲਰ ਦੇ ਰੇਸ਼ੇ ਬਣਾਉਣੇ ਆ, ਅਤੇ ਜੇ ਕੋਈ ਪੱਤੀ ਵਿਚਕਾਰੋਂ ਲਾਈਟ ਹੈ ਤਾਂ ਉਹਦੇ ਵਿੱਚ ਅਸੀਂ ਡਾਰਕ ਕਲਰ ਦਾ ਰੇਸ਼ੇ ਵੀ ਬਣਾ ਸਕਦੇ ਹਾਂ। ਇਸੇ ਤਰ੍ਹਾਂ ਸਾਰੀਆਂ ਪੱਤੀਆਂ ਦੇ ਵਿੱਚ, ਛੋਟੀਆਂ ਜਾਂ ਵੱਡੀਆਂ ਪੱਤੀਆਂ ਦੇ ਵਿੱਚ ਅਸੀਂ ਇਸੇ ਤਰ੍ਹਾਂ ਹੀ ਰੇਸ਼ੇ ਬਣਾਉਣੇ ਆ 000 ਬ੍ਰੱਸ਼ ਨਾਲ, ਜਾਂ ਤੁਸੀਂ 00 ਵੀ ਲੈ ਸਕਦੇ ਹੋ। ਹੁਣ ਅਸੀਂ ਤੁਹਾਨੂੰ ਜਿਹੜੀਆਂ ਲਾਈਟ ਕਲਰ ਦੀਆਂ ਪੱਤੀਆਂ ਨੇ ਉਹਨਾਂ ਦੇ ਵਿੱਚ ਵੀ ਦੱਸਾਂਗੇ। ਇਸ ਤੋਂ ਬਾਅਦ ਅਸੀਂ ਦੇਖੋ ਗਲਿਟਰ ਲਗਾ ਰਹੇ ਹਾਂ, ਗੋਲਡਨ ਕਲਰ ਦਾ ਗਲਿਟਰ ਹੈ ਉਹ ਅਸੀਂ ਪੱਤੀਆਂ ਦੇ ਬਾਹਰਲੀ ਸਾਈਡ 'ਤੇ ਪੱਤੀ ਦੀ ਸ਼ੇਪ ਦੇ ਵਿੱਚ ਹੀ ਲਗਾਵਾਂਗੇ। ਇਹ ਦੇਖੋ ਜਿਹੜੀਆਂ ਪੱਤੀਆਂ ਅਸੀਂ ਲਾਈਟ ਕਲਰ ਦੀਆਂ ਬਣਾਈਆਂ ਉਹਦੇ ਵਿੱਚ ਅਸੀਂ ਡਾਰਕ ਕਲਰ ਦੇ ਰੇਸ਼ੇ ਵੀ ਪਾਏ ਹੋਏ ਹੈ ਜਿਵੇਂ ਵੀਡੀਓ 'ਚ ਤੁਸੀਂ ਦੇਖ ਰਹੇ ਹੋ। ਗਲਿਟਰ ਅਸੀਂ ਸਾਰੀਆਂ ਪੱਤੀਆਂ 'ਤੇ ਇਸੇ ਤਰ੍ਹਾਂ ਹੀ ਬਣਾਵਾਂਗੇ, ਲਗਾਵਾਂਗੇ, ਤਾਂ ਜੋ ਜਿਸ ਤਰ੍ਹਾਂ ਜਰੀ ਦਾ ਕੰਮ ਕੀਤਾ ਹੁੰਦਾ ਹੈਗਾ ਇਹ ਉਸੇ ਟਾਈਪ ਦਾ ਹੋ ਜੂਗਾ। ਇਹ ਗਲਿਟਰ ਬਹੁਤ ਪੱਕਾ ਹੁੰਦਾ ਹੈ, ਉੱਤਰਦਾ ਨਹੀਂ ਛੇਤੀ। ਜਿੰਨਾ ਚਿਰ ਤੁਹਾਡਾ ਸੂਟ ਚੱਲੂਗਾ ਉਸੇ ਤਰ੍ਹਾਂ ਹੀ ਗਲਿਟਰ ਵੀ ਨਾਲ ਨਾਲ ਹੀ ਚੱਲਦਾ। ਹੁਣ ਅਸੀਂ ਤੁਹਾਨੂੰ ਫਲਾਵਰ ਦੱਸ ਰਹੇ ਹਾਂ। ਫਲਾਵਰ ਵੀ ਤੁਸੀਂ ਇਸੇ ਤਰ੍ਹਾਂ ਹੀ ਵਾਈਟ ਕਲਰ ਲੈ ਕੇ ਅਤੇ ਜਿਹੜਾ ਵੀ ਤੁਸੀਂ ਕਲਰ ਲੈਣਾ ਚਾਹੁੰਦੇ ਹੋ, ਰੈੱਡ ਜਾਂ ਕੋਈ ਵੀ ਕਲਰ, ਮਜੈਂਟਾ ਜਾਂ ਪਰਪਲ ਕੋਈ ਵੀ ਕਲਰ, ਉਹਦੇ ਨਾਲ ਵਾਈਟ ਕਲਰ ਨਾਲ ਮਿਕਸਿੰਗ ਕਰਕੇ ਸ਼ੇਡ ਦੇ ਸਕਦੇ ਹੋ। ਇਸੇ ਤਰ੍ਹਾਂ ਅਸੀਂ ਜਿਵੇਂ ਹੁਣ ਵਿਚਕਾਰ ਵਾਲੀ ਸਾਈਡ ਤੋਂ ਪੱਤੀ ਦੇ ਅੰਦਰਲੀ ਸਾਈਡ ਤੋਂ ਬਾਹਰ ਨੂੰ ਸ਼ੇਡ ਕੀਤੀ ਹੈ। ਹੁਣ ਅਸੀਂ ਤੁਹਾਨੂੰ ਬਾਹਰਲੀ ਸਾਈਡ ਤੋਂ ਦੱਸ ਰਹੇ ਹਾਂ ਕਿ ਕਿਸ ਤਰ੍ਹਾਂ ਆਊਟਲਾਈਨ ਕਰਨੀ ਹੈ ਬਾਹਰਲੀ ਸਾਈਡ ਤੋਂ ਵਾਈਟ ਕਲਰ ਨਾਲ। ਇਸੇ ਤਰ੍ਹਾਂ ਸਾਰੀ ਜਿਹੜੀ ਪੱਤੀ ਹੈ
ਉਹਦੇ ਸਾਰੇ ਸਾਈਡਾਂ ਤੋਂ ਆਊਟਲਾਈਨ ਕਰਨੀ ਹੈ ਵਾਈਟ ਨਾਲ, ਅਤੇ ਵਿਚਕਾਰ ਵਾਲੀ ਸਾਈਡ 'ਤੇ ਅਸੀਂ ਡਾਰਕ ਕਲਰ ਨਾਲ ਸ਼ੇਡਿੰਗ ਦੇ ਦੇਣੀ ਹੈ। ਹੁਣ ਸਾਡਾ ਵਾਈਟ ਕਲਰ ਨਾਲ ਜਿਹੜਾ ਡਿਜ਼ਾਇਨ ਹੈ ਉਹ ਹੋਰ ਵੀ ਉੱਭਰ ਕੇ ਆਊਗਾ। ਇਹ ਅਸੀਂ ਵਾਈਟ ਕਲਰ ਨਾਲ ਡੋਟ ਲਗਾ ਰਹੇ ਹਾਂ, ਜਿਹਨੂੰ ਆਪਾਂ ਫਲਾਵਰ ਦਾ ਬੂਰ ਵੀ ਕਹਿ ਸਕਦੇ ਹਾਂ। ਹੁਣ ਅਸੀਂ ਗਲਿਟਰ ਵੀ ਵਿੱਚ ਇਸਤੇਮਾਲ ਕਰ ਰਹੇ ਹਾਂ। ਗਲਿਟਰ ਜਿਹੜਾ ਹੈਗਾ ਉਹ ਵੀ ਅਸੀਂ ਗੋਲਡਨ ਕਲਰ ਦਾ ਵਿੱਚ ਟੱਚ ਦੇ ਰਹੇ ਹਾਂ ਗਲਿਟਰ ਦਾ ਵੀ। ਫਲਾਵਰ ਨੂੰ ਵੀ ਅਸੀਂ ਗੋਲਡਨ ਕਲਰ ਨਾਲ ਹੀ ਕਵਰ ਕਰ ਦਾਂਗੇ ਤਾਂ ਕਿ ਪੱਤੀਆਂ ਦੇ ਨਾਲ ਮਿਲਦਾ ਜੁਲਦਾ ਡਿਜ਼ਾਇਨ ਬਣ ਸਕੇ। ਹੁਣ ਅਸੀਂ ਪੈਰਟ ਬਣਾਉਣਾ ਦੱਸਦੇ ਹਾਂ ਤੁਹਾਨੂੰ। ਸਭ ਤੋਂ ਪਹਿਲਾਂ ਤਾਂ ਅਸੀਂ ਯੈਲੋ ਕਲਰ ਲੈ ਕੇ ਉਹਨੂੰ ਵਿਚਕਾਰੋਂ ਬੈਕ ਸਾਈਡ ਹੈ ਜਿਹੜੀ ਪੈਰਟ ਦੀ ਉਹ ਬਣਾ ਰਹੇ ਹਾਂ। ਹੁਣ ਅਸੀਂ ਸਾਈਡ ਵਾਲੀ ਜਿਹੜੀ ਯਾਨੀ ਕਿ ਉਸਦੇ ਖੰਭਾਂ ਦੀ ਸਾਈਡ ਵਾਲੀ ਜਗ੍ਹਾ ਹੁੰਦੀ ਹੈ ਉਹ ਬਣਾਉਣੀ ਦੱਸਦੇ ਹਾਂ ਤੁਹਾਨੂੰ, ਅਤੇ ਪੂਛ ਬਣਾਉਣੀ ਦੱਸਦੇ ਹਾਂ। ਯੈਲੋ ਕਲਰ ਦਾ ਟੱਚ ਲੈ ਕੇ ਅਸੀਂ ਪੂਛ ਵਾਲੀ ਸਾਈਡ 'ਤੇ ਗ੍ਰੀਨ ਕਲਰ ਨਾਲ ਮਿਕਸਿੰਗ ਕੀਤਾ ਹੈ, ਅਤੇ ਥੋੜ੍ਹਾ ਜਿਹਾ ਸਾਈਡ ਵਾਲੀ ਜਗ੍ਹਾ 'ਤੇ ਬਲੂ ਕਲਰ ਲੈ ਕੇ ਉਹਦੀ ਮਿਕਸਿੰਗ ਕੀਤੀ ਹੈ। ਜਿੱਥੇ ਤੁਸੀਂ ਹੁਣ ਦੇਖ ਰਹੇ ਹੋ ਉੱਥੇ ਥੋੜ੍ਹਾ ਜਿਹਾ ਬਲੂ ਕਲਰ ਲੈ ਕੇ ਉਹਦੀ ਮਿਕਸਿੰਗ ਕਰ ਦੇਣੀ ਹੈ ਤਾਂ ਜੋ ਖੰਭਾਂ ਵਾਲੀ ਸਾਈਡ ਤੋਂ ਥੋੜ੍ਹਾ ਡਾਰਕ ਦਿਸ ਸਕੇ। ਹੁਣ ਅਸੀਂ ਔਰੇਂਜ ਕਲਰ ਨਾਲ ਉਹਦੇ ਜਿਹੜੇ ਖੰਭ ਗਲੇ ਦੇ ਥੱਲੇ ਯਾਨੀ ਕਿ ਖੰਭ ਹੁੰਦੇ ਹੈ ਉਹ ਬਣਾਉਣੇ ਹੈ। ਇਹਨੂੰ ਅਸੀਂ ਡਾਰਕ ਹੋਰ ਡਾਰਕ ਵੀ ਕਰ ਸਕਦੇ ਹਾਂ ਕਲਰ ਨੂੰ। ਹੁਣ ਅਸੀਂ ਵਾਈਟ ਕਲਰ ਨਾਲ ਉਸਦੇ ਜਿਹੜੇ ਸਾਈਡ ਵਾਲੇ ਖੰਭ ਹੁੰਦੇ ਉਹ ਬਣਾ ਰਹੇ ਹਾਂ। ਦੂਸਰੀ ਸਾਈਡ ਵੀ ਇਸੇ ਤਰ੍ਹਾਂ ਹੀ ਵਾਈਟ ਕਲਰ ਲੈ ਕੇ ਜਿਹੜੇ ਪੈਰਟ ਦੇ ਖੰਭ ਬਣਾ ਰਹੇ ਹਾਂ। ਵਿਚਕਾਰ ਅਸੀਂ ਗ੍ਰੀਨ ਕਲਰ ਲਗਾਇਆ ਹੈ ਤਾਂ ਜੋ ਜਿਹੜਾ ਖੰਭਾਂ ਦਾ ਜੋੜ ਹੁੰਦਾ ਹੈ ਦੋਨਾਂ ਖੰਭਾਂ ਨੂੰ ਜਦੋਂ ਪੈਰਟ ਯਾਨੀ ਕਿ ਤੋਤਾ ਜੋੜਦਾ ਹੈ ਤਾਂ ਉਹਦੇ ਵਿਚਕਾਰ ਥੋੜ੍ਹਾ ਜਿਹਾ ਗੈਪ ਹੁੰਦਾ ਜਿਹੜਾ ਉਹ ਗ੍ਰੀਨ ਕਲਰ ਦਿਖਾਉਣਾ ਹੈ ਉਹਦੇ ਵਿੱਚ। ਇਸੇ ਤਰ੍ਹਾਂ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਜਿਹੜੇ ਖੰਭ ਆ ਉਹਨਾਂ ਨੂੰ ਹੋਰ ਥੋੜ੍ਹਾ ਜਿਹਾ ਵਾਈਟ ਕਲਰ ਲੈ ਕੇ ਮਿਕਸਿੰਗ ਕਰਾਂਗੇ। ਉੱਪਰ ਅਸੀਂ ਥੋੜ੍ਹਾ ਜਿਹਾ ਖੰਭਾਂ ਦੇ ਉੱਪਰ ਗਲਿਟਰ ਵੀ ਲਗਾ ਦੇਣਾ ਤਾਂ ਜੋ ਸੋਹਣਾ ਲੱਗ ਸਕੇ। ਉਹ ਤੁਹਾਡੀ ਮਰਜ਼ੀ ਹੈ, ਜੇ ਨਹੀਂ ਲਗਾਉਣਾ ਚਾਹੁੰਦੇ ਤੁਸੀਂ ਤਾਂ ਕੋਈ ਗੱਲ ਨਹੀਂ, ਸਿੰਪਲ ਵੀ ਬਣਾ ਸਕਦੇ ਤੁਸੀਂ। ਹੁਣ ਅਸੀਂ ਉਹਦੀ ਜਿਹੜੀ ਪੈਰਟ ਦੇ ਗਲ ਦੇ ਵਿੱਚ ਲਾਈਨ ਹੁੰਦੀ ਹੈ ਜਿਵੇਂ ਗਾਨੀ ਨੁਮਾ ਲਾਈਨ ਹੁੰਦੀ ਹੈ ਉਹ ਬਣਾ ਰਹੇ ਹਾਂ। ਹੁਣ ਅਸੀਂ ਉਹਦਾ ਸਿਰ ਬਣਾਵਾਂਗੇ। ਚੁੰਝ ਤੁਸੀਂ ਰੈੱਡ ਨਾਲ ਵੀ ਬਣਾ ਸਕਦੇ ਹੋ, ਔਰੇਂਜ ਦਾ ਟੱਚ ਵੀ ਦੇ ਸਕਦੇ ਹੋ ਵਿੱਚ ਜੇ ਤੁਸੀਂ
चुंझ नूं लाइट दिखाउणा तां थोड़ा जिहा विच ओरेंज दा टच दे सकदे हो या येलो दा टच दे सकदे हो तां कि थोड़ी जी जिवें पैरट दी चुंझ अगों थोड़ी जी लाइट हुंदी है ओरेंज जी या येलो जी कलर दी हुंदी है इस तरह बना सकदे हो। हुण असीं उहदी अख बनावांगे। अख नूं तुसीं सीधा ही ब्लाइट ब्लैक कलर लगा के उस तो बाद 000 ब्रश नाल उसकी हल्की हल्की शेडिंग करनी है ता जो एक लाइन जिवें हुंदी आ अख इस तरह ना दिख सके चंगी तरह उहदी शेडिंग कर देनी है। ग्रीन कलर भी लगाना विच ताँ जो जिहड़ी साइड अख दी साइड वाला नेड़े वाला कलर है वो थोनू उपरा ना लग सके। हुण असीं वाइट कलर लगा के उहदे विच ब्लैक दी जिहड़ी उहदी अख है बना दित्ती है। हुण असीं जिहड़ी उसकी गानी बनाई है उहनू थोड़ा जिहा ब्लैक कलर नाल आउटलाइन कर दांगे। जे तुसीं नहीं करना चाहुंदे आउटलाइन तां तुसीं नहीं भी कर सकदे। ये बैक साइड तो है जी पैरट। ये दा मूँह परली साइड ते है जानि कि परे नू मूँह करके टेढ़े साइड तो झाक रहा है जानि कि पैर ये परली साइड ते रह के दूसरी साइड ते ओपोजिट साइड ते जिस तरह असी अख बनाई है पैरट की इस तरह ही बनानी है। तुसी भी एक लाइन नहीं खिंचनी बिल्कुल ब्लैक उहदे साइड ते भी ब्लैक कलर थोड़ा थोड़ा फैलिया होना चाहिए ताकि वह ओरिजिनल लग सके। जे थोनू लगता है भी ज़्यादा कलर हैगा लग्या तो तुसी ग्रीन कलर भी इस्तेमाल कर सकते हो अख दी आसे पासे। हुण असीं दूसरा पैरट बनाउणा दसदे हां। इसते पेट वाली साइड अगे वाली साइड असीं येलो कलर लिया ते ग्रीन कलर दी मिक्सिंग कीती है। इस तरह तुसीं सारे पैरट दी ग्रीन ते येलो नाल मिक्सिंग करनी है। इस तरह तुसी दूसरे पैरट की पूछ के थलों की जिहड़ी दिखाउणी है असी भी दूसरे पैरट की जिहड़ी पूछ है वह दूस जिहड़ा असी बना चुके हैं पैरट वो पूछ के थलों की पिछे जाने कि पिछली साइड बैठा है वो इस तरह दिखाउणा है गा। ये तुसी पहला भी बना सकते हो जे तुसी पहला बनाना चाहो तो पहला भी बना सकते हो। इस तरह जिवें दूसरे पैरट दे असी ब्ल्यू कलर लगाया सी ते मिक्सिंग कीती सी खंभां दे थल्ले उस तरह इहदे भी इस तरह करनी है। ब्ल्यू तुसी बिल्कुल हल्का जिहा लैणा है ज़्यादा नहीं होना चाहिए। जे तुहानू लगे भी ज़्यादा है तां तुसी ब्रश नूं पूंझ सकते हो या फिर तुसी उस दे उपर हल्का जिहा ग्रीन कलर भी लगा सकते हो ताकि ज़्यादा ब्ल्यू ना दिखे। हुण असीं येलो कलर लिया
येलो कलर ना उदे खंब बना रहे हैं इस पैरट दे, जिस तरह इधरले पैरट दे सीगे उपर वाली साइड ते येलो कलर दे खंब, इसे तरह ही इस पैरट दे भी असी येलो कलर दे खंब बनाने हैं। हुण असी वाइट ना उसे तरह जिवें दूसरे पैरट दे कीते सीगे इसे तरह खंब बनाने हैं वाइट नाल। थोड़ी जी मिक्सिंग भी कर देनी है ता जो कलर है जेड़ा वो एक सार दिखे। हुण असी उसे तरह ही दूसरे पैरट की तरह इसे भी गानी बनानी है गल दे विच रेड कलर नाल। हुण असी इहदा सिर बना रहे हैं ग्रीन कलर नाल, पैरट ग्रीन कलर है। हुण असी चुंज बना रहे हैं उहदी, चुंज जिवें तुहानूं मैं दस्सिया सी वी असी रैड भी बना सकते हैं, जे हल्का लाइट भी दिखाउणा चाहिए तां असी येलो दा टच भी दे सकते हैं विच, या फिर ओरेंज दा ओरेंज चुंज बना के विच रैड दा टच भी दे सकते हैं, वो थोड़ी मर्जी है जिवें मर्जी तुसी बनाउणा चाहो। हुण असी उस ते खंभ बना रहे हैं उपर वाली साइड ते, जाने कि हल्के हल्के हल्का ऑरेंज कलर दिता है असी। इहदी भी इसे तरह ही अख बनानी है। जिवें असी दूसरे पैरट की बनाई है अख बनाने वेले तुसी चंगी तरह डिटेल करनी है ता जो जिहड़ी ब्लैक कलर की लाइन असी बनाने हैं वो उपरा ना लगे। असी देखो पहला थले ब्लैक कलर लगा के उहदी थोड़ी जी शेडिंग करके उस जगह नूं ब्लैक किया, फिर उस तो बस असी लाइनिंग करती, फिर असी विच वाइट कलर लगाया। हुण असी ब्रश की बैक साइड तो यानी कि डंडी तो उसकी अख दे विच असी ग्लिटर लगा रहे हैं। हुण जो वाइट कलर अख वाला सुक गया फिर असी इहदे विच ब्लैक कलर का टच देवांगे ता जो अख कंप्लीट हो सके। यह देखो ब्रश की बैक साइड नाल असी अख बनानी है। जे थोनों अख की साइड से ज़्यादा ब्लैक दिसता है तो तुसी ग्रीन कलर का टच भी दे सकते हो। हुण असी जिहड़ी डाणी ते यानी पैरट बैठे है वो डाणी बनाउणी दसदे आ थोनों। इंडियन रैड लैके उसनों वाइट नाल मिक्सिंग कीती है ता जो जिहड़ा लक्कड़ का कलर हुंदा उस तरह का असी पैरट दे जिहड़ी डंडियां ते बैठे है यानी कि दरख्त ते वो बना सकिए। वाइट कलर ते इंडियन रैड कलर लैके उसकी मिक्सिंग करके असी डाणी बनाई है।